ਸਾਬਕਾ ਰਾਸ਼ਟਰੀ ਮੁੱਕੇਬਾਜ਼ੀ ਕੋਚ ਗੁਰਬਖਸ਼ ਸਿੰਘ ਸੰਧੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਨਵੇਂ ਖੇਤੀਬਾੜੀ ਨਿਯਮਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ ਤਾਂ ਉਹ ਆਪਣਾ ਦਰੋਣਾਚਾਰੀ ਐਵਾਰਡ ਵਾਪਸ ਕਰ ਦੇਣਗੇ। ਸੰਧੂ ਦੇ ਕਾਰਜਕਾਲ ਵਿੱਚ ਹੀ ਭਾਰਤ ਨੇ ਮੁੱਕੇਬਾਜ਼ੀ ਦਾ ਪਹਿਲਾ ਓਲੰਪਿਕ ਤਗਮਾ ਹਾਸਲ ਕੀਤਾ ਸੀ। ਉਹ 2 ਦਹਾਕੇ ਤੱਕ ਭਾਰਤ ਦੇ ਰਾਸ਼ਟਰੀ ਪੁਰਸ਼ ਕੋਚ ਰਹੇ, ਜਿਸ ਦੇ ਬਾਅਦ ਉਹ 2 ਸਾਲਾਂ ਤੋਂ ਮੁੱਕੇਬਾਜ਼ ਬੀਬੀਆਂ ਨੂੰ ਕੋਚਿੰਗ ਦੇ ਰਹੇ ਨੇ। ਉਹਨੇ ਕਿਹਾ ਕਿ ਇਹ ਕਿਸਾਨਾਂ ਦਾ ਸਮਰਥਨ ਕਰਨ ਦਾ ਉਹਨਾਂ ਦਾ ਤਰੀਕਾ ਹੈ ਜੋ ਇੰਨੀ ਠੰਡ ਵਿੱਚ ਖੁਦ ਹੀ ਪਰਵਾਹ ਕੀਤੇ ਬਿਨਾਂ ਅੰਦੋਲਨ ਕਰ ਰਹੇ ਨੇ। ਸੰਧੂ ਨੇ ਪਟਿਆਲਾ ਵਿੱਚ ਆਪਣੇ ਘਰ ਵਿੱਚ ਗੱਲਬਾਤ ਦੇ ਦੌਰਾਨ ਕਿਹਾ ਕਿ ਮੈਂ ਕਿਸਾਨਾਂ ਦੇ ਪਰਿਵਾਰ ਤੋਂ ਆਇਆ ਹਾਂ, ਉਹਨਾਂ ਦੇ ਡਰ ਨੂੰ ਸੰਬੋਧਿਤ ਕੀਤਾ ਜਾਣਾ ਚਾਹੀਦਾ। ਜੇਕਰ ਚੱਲ ਰਹੀ ਗੱਲਬਾਤ ਦੇ ਨਾਲ ਕਿਸਾਨਾਂ ਲਈ ਸੰਤੋਸ਼ਜਨਕ ਨਤੀਜਾ ਨਹੀਂ ਨਿਕਲਦਾ ਤਾਂ ਉਹ ਅਵਾਰਡ ਵਾਪਸ ਕਰ ਦੇਣਗੇ। ਵਿਜੇਂਦਰ ਸਿੰਘ ਜਦੋਂ 2008 ਵਿੱਚ ਓਲੰਪਿਕ ਤਗਮਾ ਜਿੱਤਣ ਵਾਲੇ ਭਾਰਤੀ ਮੁੱਕੇਬਾਜ਼ ਬਣੇ ਸਨ, ਉਹ ਸੰਧੂ ਰਾਸ਼ਟਰੀ ਕੋਚ ਸਨ ਅਤੇ ਉਹਨਾਂ ਦੀ ਕੋਚਿੰਗ ਦੇ ਦੌਰਾਨ ਹੀ 8 ਭਾਰਤੀ ਮੁੱਕੇਬਾਜ਼ਾਂ ਨੇ ਲੰਡਨ 2012 ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਸੰਧੂ ਨੂੰ ਇਸ ਤੋਂ ਪਹਿਲਾਂ ਹੀ 1998 ਵਿੱਚ ਦਰੋਣਾਚਾਰੀਆ ਅਵਾਰਡ ਨਾਲ ਨਿਵਾਜਿਆ ਗਿਆ ਸੀ। ਉਹਨਾਂ ਨੇ ਕਿਹਾ ਕਿ ਇਹ ਐਵਾਰਡ ਮੇਰੇ ਲਈ ਕਾਫੀ ਮਾਇਨੇ ਰੱਖਦਾ ਹੈ, ਪਰ ਸਾਥੀ ਕਿਸਾਨਾਂ ਦਾ ਦੁੱਖ ਇਸ ਤੋਂ ਵੀ ਜ਼ਿਆਦਾ ਅਹਿਮੀਅਤ ਰੱਖਦਾ ਹੈ। ਇਸ ਸਰਦੀ ਵਿੱਚ ਉਹਨਾਂ ਨੂੰ ਸੜਕਾਂ 'ਤੇ ਬੈਠੇ ਹੋਏ ਵੇਖਣਾ ਮੇਰੇ ਲਈ ਬਹੁਤ ਕਸ਼ਟਕਾਰੀ ਹੈ। ਸਰਕਾਰ ਨੂੰ ਉਹਨਾਂ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਹੈ ਅਤੇ ਉਹਨਾਂ ਦੇ ਖਾਸਿਆਂ ਨੂੰ ਦੂਰ ਕਰਕੇ ਉਹਨਾਂ ਨੂੰ ਭਰੋਸਾ ਦੇਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਜੇਕਰ ਇਸ ਦਾ ਸੰਤੋਸ਼ਜਨਕ ਹੱਲ ਨਿਕਲਦਾ ਹੈ ਤਾਂ ਮੈਂ ਅਜਿਹਾ ਨਹੀਂ ਕਰਾਂਗਾ, ਪਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮੈਂ ਐਵਾਰਡ ਵਾਪਸ ਕਰ ਦੇਵਾਂਗਾ। ਕਈ ਸਾਬਕਾ ਖਿਡਾਰੀਆਂ ਨੇ ਵੀ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਮਰਥਨ ਕੀਤਾ ਹੈ, ਜਿਸ ਵਿੱਚ ਪਦਮ ਸ਼੍ਰੀ ਅਤੇ ਅਰਜੁਨ ਐਵਾਰਡੀ ਪਹਿਲਵਾਨ ਕਰਤਾਰ ਸਿੰਘ, ਅਰਜੁਨ ਐਵਾਰਡੀ ਬਾਸਕਟਬਾਲ ਖਿਡਾਰੀ ਸੱਜਣ ਸਿੰਘ ਚੀਮਾ ਅਤੇ ਅਰਜੁਨ ਐਵਾਰਡ ਪ੍ਰਾਪਤ ਹਾਕੀ ਖਿਡਾਰੀ ਰਾਜਵੀਰ ਕੌਰ ਸ਼ਾਮਲ ਨੇ। ਬਿਊਰੋ ਰਿਪੋਰਟ, ਆਵਾਜ਼ੀਕਮ ਟੀਵੀ।